ਐਵੇਂ ਮਿੱਤਰੋ ਆ ਲਾਈਵਿਲ ਹੁਣ ਕੱਢੇ 24 ਇੰਚ ਦੈਨ ਨੂੰ ਲੂਗੇ ਆ ਆਪਾਂ ਇਹ ਸਿਲੈਕਟ ਕਰ ਲਿਆ ਉਹਦਾ ਫੋਟ ਕਿਦਾਂ ਦਾ ਫਿਰਦਾ ਲੈਵਲ ਜਿੱਦਾਂ ਦੀ ਗੱਡੀ ਲਿਆਂਦੀ 2 ਹਫ਼ਤੇ ਲੈਵਲ ਪਾਉਣੇ ਲੈਵਲ ਨਹੀਂ ਪਾਉਣੇ ਲੈਵਲ ਨਹੀਂ ਪਾਉਣੇ ਪਵਾ ਕੇ ਹੀ ਛੱਡੇ ਖੈੜਾ ਗੱਡੂ ਜੇ ਆ ਪਾਉਣੇ ਅਗਲਾ ਬੰਪਰ ਵੀ ਲਾਉਣਾ ਪੈਣਾ ਆਪਾਂ ਨੂੰ ਉਹ ਨਹੀਂ ਲੈਣੇ ਗੌਂਡਿਓ ਆ ਹੁਣ ਦੱਸ ਲੈ ਆ ਵੀ ਲੈਣੇ ਆ ਫਾੜੇ ਵੇ ਕੀ ਨਾ ਨਾ ਕਰਨੇ ਕਿਦਾਂ ਲੱਗੇ ਲਾਈਵਿਲ ਬਹੁਤ ਵਧੀਆ ਲੱਗੇ ਬੇਟੇ ਕੈਂਟ ਆ अपने पता ही आवाज मित्रों अज वाला ब्लॉग बड़ा घेंट होने वाला है घेंट इस करके होने वाला क्योंकि अज आप सनोवर घरे गगू घरे दे के आने गड्डी दे डब्बे बड़ा टाइम हो गया गड्डी लिया तेरे 2 हफ्ते हो गया हले तक डब्बे नहीं देके आते ते डब्बे तो देके आने डब्बिया के नाल नाल आपां पवा के लियाने गड्डी दे न्यू यू हाँ जी सही सुना अपने आपां पवा के लियाने गड्डी दे लाइविल अलाइविल सो सिलेक्ट किए हुए 5-6 लाइविल सिलेक्ट किए हुए तो उन्होंने कोई पवावे तो बाकी अजे कोई फाइनल नहीं गा 20 इंच पाने 22 इंच के 24 तो शायद ही पाइए 20 या 22 इंच जो कोई पवावे बाकी हले मम्मी ते बेबे तो भी गाला खानिया क्योंकि उन्होंने मना किया हो मैनू के ओरिजिनल गड्डी रहन दे लाइविल ना पवा डंड ना लवाई चौड़े टायर ना पवाई तो तुहानू पता आपां फिर रह थोड़ी सकते गड्डी लियांती आ ते उहदे शौक ते पूरे करने आ चलो कोई ना ते बाकी मैं ते मम्मी ही चले अज डब्बे देण लो भी जी मम्मी जी कहिंदे रेडी स्टडी चलिए मम्मी खुशखबरी देवा फिर होर सोहने लगूगी गड्डी फुकरे वाले लवाने जेनुइन जे रखने आओ बेबे को गल बात कर दे खाई बेबे टायर चौड़े टायर मैनू पता अज ही पवा के लिया गग्गू गहने भी पवाए आपकी गड्डी नूं तू पवाए हुण वेखण चलिया नहीं आप आपकी गड्डी नूं पवा के लियाउणे जे तू हुण उत्थे लेवल पाउण जाणा लेवल गग्गू के घरे रखे पए आ जण जाके पा लेणे ओ बेबे अहीं सारे ने हुण डब्बे ते जाणा मम्मी नूं मैं छड्ड जाणा गग्गू घरे ते अहीं गां चले जाणे जलंधर हां ते फेर अज तां नहीं आ सकदे नहीं आ जांगे जे तुरूगा तां ही आ धारां दे टाइम शायद 10:30 दा हो गए धारां दे टाइम नूं तां शायद ले आ बेबे मम्मी हल कद कोड़ा कोड़ा वे नहीं ते मैनूं की लाणा मम्मी हल कोड़े वे मेरे मैं की करना बेबे बापू अज सुबह तेन की कही सारिया गल्लां सुनदियां ही निक्का जना वेखी मेरिया तिन पकाई चूल्हे पिछे न लगे रखी मेरे हाथ बनाई डैडी भोला वेख लिया डैडी बेबे तेरते गया मम्मा की कहते हैं बाबू बेबे छोटे जेलदार चुने बेबे तेन रोल मिलना चाहिए हो जा निके जेलदार बेबे का वाह चले बापू दे आई करके ला लिया करे बापू जावा बापू फैल मार के बापू भोला बेबे साडी पूरी कबी ब्लैक कर दी की
ਬੇਬੇ ਤਾਂ ਬਲੈਕ ਕਰਨ ਜਾਂਦੀ ਆ ਚੰਡੀਗੜ੍ਹ ਤੇ ਭੋਲਾ ਹੀ ਆ ਬਾਪੂ ਸੁਭਾ ਬੇਬੇ ਬਾਪੂ ਨੂੰ ਕਹੀ ਆ ਬਾਪੂ ਸੋਰੀ ਬੇਬੇ ਨੂੰ ਕਹੀ ਆ ਪਤਾ ਨੀ ਕੀ ਖਾ ਕੇ ਤੇਰੇ ਘਰ ਦੇ ਤੈਨੂੰ ਜੰਮਿਆ ਜੋ ਸੁਭਾ ਤੂੰ ਲੱਗਦੀ ਬੋਲਣ ਚੌਪੀ ਨੀ ਕਰਦੀ ਬਹੁਤ ਚਿਰ ਦਾ ਕੰਮ ਆ ਉਹ ਖੇਡ ਨੀ ਲੇ ਫਿਰ ਅਸੀਂ ਕਰਨਾਟਕਾ ਸਾਡੇ ਇੱਕ ਨਾਟਕਾ ਹਸਦਿਆਂ ਨੂੰ ਘੰਟਾ ਲੱਗ ਜਾਂਦਾ ਬੇਬੇ ਤੂੰ ਨਾਟਕ ਹੱਸਦੀ ਨਹੀਂ ਆ ਯਾਰ ਮੈਂ ਵੇਖੀ ਆ ਮੈਂ ਲੈ ਚੰਨ ਚੜੇ ਤੇ ਚੜਦੇ ਤਾਂ ਵੇਖੇ ਹੀ ਆ ਏ ਹਾਏ ਚਲੋ ਆਓ ਫਿਰ ਵੇਖ ਕੇ ਆਈਏ ਹਾਂ ਚਲੋ ਫਿਰ ਸਾਨੂੰ ਆਗਿਆ ਤੇ ਅੱਗੇ ਬੜਾ ਲੇਟ ਹੋ ਗਿਆ ਮੰਮੀ ਜੀ ਬੜਕੀ ਜਾਂਦੇ ਲੱਗ ਜਾਓ ਤੰਦਰੁਸਤੀ ਨਾ ਆਓ ਤੇ ਤੰਦਰੁਸਤੀ ਨਾ ਜਾਓ ਹੁਣ ਜਾਣਾ ਤੇ ਹੁਣ ਮੰਮੀ ਨੂੰ ਚੇਤਾ ਆ ਗਿਆ ਧੁੱਪੇ ਕਹਿੰਦੇ ਕੱਦੂ ਨਹੀਂ ਤੇ ਗੱਗੂ ਕੇ ਆਸਤੇ ਰੱਖੇ ਆ ਕੱਦੂ ਜਦੋਂ ਤੂੰ ਜਾਏਂਗਾ ਤਾਂ ਹੀ ਉਹ ਉਹ ਹੀ ਵੱਡੇ ਹੋ ਗਏ ਰੋਜ਼ ਵੱਡੇ ਤੇਰੇ ਡੈਡੀਆਂ ਦੇ ਉਹਨਾਂ ਨੇ ਪੱਕ ਜਾਣਾ ਕੱਦੂ ਦਿਖਾਈਏ ਤਾਂ ਸਹੀ ਕੱਦੂ ਕਿੱਡੇ ਕੱਦੂ ਪੇਠਿਆਂ ਜਿੱਡੇ ਬਣੇ ਪਏ ਅੱਛਾ ਉਹ ਇਹ ਤਾਂ ਮੈਨੂੰ ਲੱਗਦਾ ਪੱਕ ਗਏ ਆ ਜਿਵੇਂ ਤੁਸੀਂ ਕਹੋ ਸੋਹਣੇ ਹੋ ਆਪਾਂ ਓਦਾਂ ਹੀ ਕਰ ਲਾਂਗੇ ਚਲੋ ਜੀ ਚੱਲੀਏ ਹੁਣ ਸਿੱਧਾ ਗੱਡੀ ਆਪਾਂ ਖੜਾਉਣੀ ਪਹਿਲਾਂ ਜੀਰੇ ਜੀਰਿਓ ਲੈਣੇ ਆਪਾਂ ਡੱਬੇ ਹੋਰ ਤਾਂ ਨੀ ਕੁਛ ਲੈ ਲਏ ਜੇ ਮਿਲਕ ਕੇਕ ਦੇ ਡੱਬੇ ਲਾ ਤੇ ਪੂਰੇ 760 ਰੁਪਏ ਗੱਗੂ ਸੁਣੋ ਫਿਰ ਇੰਨਾ ਮਹਿੰਗਾ ਬਜਟ ਅਸੀਂ ਲੈ ਚੱਲੇ ਆ ਪਰ ਗੱਡੀ ਵੀ ਆਪਣੀ ਮਹਿੰਗੀ ਆ ਫਿਰ ਉਸ ਹਿਸਾਬ ਨਾਲ ਲਓ ਵੀ ਮਿੱਤਰੋ ਕਹਿੰਦੇ ਪਹੁੰਚ ਚੁੱਕੇ ਆ ਗੱਗੂ ਕੇ ਸਨੋਰ ਦੇ ਪਿੰਡ ਹੁਣ ਪਹਿਲਾਂ ਆਪਾਂ ਸਨੋਰ ਘਰੇ ਡੱਬਾ ਦੇ ਕੇ ਆਉਣਾ ਤੇ ਉਹਨਾਂ ਨੂੰ ਘਰ ਦੀਆਂ ਵਧਾਈਆਂ ਵੀ ਦੇਣੀਆਂ ਕਿਉਂਕਿ ਘਰ ਨਵਾਂ ਰੈਨੋਵੇਸ਼ਨ ਕੀਤੀ ਉਹਨਾਂ ਨੇ ਜੋ ਵੀ ਕਹਿੰਦੇ ਹੁੰਦੇ ਆ ਕਿ ਓਏ ਮੈਂ ਕਿਹਾ ਕੱਢ ਲਈ ਹੋਰ ਨਾ ਸਨੋਰ ਤੇਲ ਚੋਣ ਲੱਗ ਪਏ ਉਹ ਪੈਸੇ ਦੇਣੇ ਪੈਣ ਤਾਂ ਹੀ ਨਹੀਂ ਜਾਂਦੇ ਗੇ ਮੈਨੂੰ ਪੈਸੇ ਦੇਣੇ ਨਹੀਂ ਕਿਵੇਂ ਤੇਲ ਖਰਾਬ ਕਰਦਾ ਹਾਂ ਪੀਆਂ ਦਾ ਚਲ ਮੈਨੂੰ ਵਾਹ ਜੀ ਵਾਹ ਜੀ ਵਾਹ ਮਿਲਣੀਆਂ ਹੁੰਦੀਆਂ ਪਈਆਂ ਜਾਣ ਕੇ ਐ ਕਹਿਣਾ ਠੀਕ ਠੀਕ ਆਹੋ ਮੈਂ ਹਰਮਾ ਤੇਲੇ ਵੱਡਾ ਪਿੰਜਰਾ ਲਿਆਂਦਾ ਵਾ ਸਾਰੀਆਂ ਚੀਜ਼ਾਂ ਗੁੱਡ ਵਾਈਬਸ ਓਨਲੀ ਹੋਰ ਕਿੰਨੇ ਰੁਪਏ ਕਿਲੋ ਮੰਮੀ ਪੈਕ ਕਰ ਲੈਣੇ ਆਪਾਂ ਠੀਕ ਆ ਨਹੀਂ ਨਹੀਂ ਅੰਕਲ ਜੀ ਵੀ ਆਪਣੀ ਚੇਲੀ ਆਈ ਹਨਾ ਜਿੱਥੇ ਕਿਤੇ ਹੋਵਾਂਗੇ ਨਜ਼ਾਰਿਆਂ ਚ ਹੋਵਾਂਗੇ ਪਾਲੋ ਜੱਫੀਆਂ ਕਰਨ ਦੀ ਮਾਤਾ ਜੀ ਵਧਾਈਆਂ ਨਿਊ ਮੈਂਬਰ ਨੋਨੀ ਦਾ ਹਾਊਸ ਬੇਬੀ ਕਿੱਥੇ ਆ ਕੰਗ੍ਰੈਚੁਲੇਸ਼ਨ ਸੈਲੀਬ੍ਰੇਸ਼ਨ ਮੁੰਡਾ ਕੇ ਕੁੜੀ ਗੋਰੀਆਂ ਵੀ ਕਾਲੇ ਕੱਟੇ ਦਿੰਦੀਆਂ ਵੇਖ ਲਾ ਵਾਹ ਜੀ ਵਾਹ ਵਾਹ ਜੀ ਵਾਹ ਨਾਓ ਆਈ ਵੇਕ ਅਪ ਅਰਲੀ ਐਟ ਮਾਰਨਿੰਗ ਐਟ ਮੰਮਾ ਕਿੰਨੇ ਏ ਐਮ ਇਹ ਤਾਂ ਮੈਨੂੰ ਨਹੀਂ ਏ ਐਮ ਦਾ ਵੀ ਪਤਾ ਲੱਗ ਜਾਂਦਾ ਬ੍ਰਿਸ਼ਟਾ ਨੀ ਅਸੀਂ ਅਸੀਂ ਤੇ ਘਰ ਦੀ ਹਾਂਜੀ ਓਕੇ ਜੀ ਓਕੇ ਜੀ ਹੋਰ ਮਾਤਾ ਜੀ ਅੱਜ ਲਾਈਵ ਪਵਾ ਦੇਣੇ ਗੱਡੀ ਨੂੰ ਚੱਲ ਵਧੀਆ ਵਧਾਈਆਂ ਤੈਨੂੰ ਤੁਹਾਨੂੰ ਵੀ ਬਹੁਤ ਮੰਮੀ ਨੂੰ ਸਮਝਾਓ ਇਹ ਗੁੱਸੇ ਹੋਈ ਜਾਂਦੇ ਕਹਿੰਦੇ ਟਾਇਰ ਪਵਾ ਕੇ ਕੀ ਕਰਨਾ ਮੈਂ ਕਿਹਾ ਮਾੜੇ ਆ ਜਿਹੜੇ ਆਏ ਆ ਉਹ ਕਸੇ ਆਉਂਦੇ ਟਾਇਰ ਟਾਇਰ ਤੇ ਨਵੇਂ
ਸੁਣ ਗਿਆ ਇਹ ਸਨੋਵਰ ਸਨੋਵਰ ਨੂੰ ਕੰਗ੍ਰੈਚੁਲੇਸ਼ਨਸ ਨਿਊ ਰਾਈਡ ਸਨੋਵਰ ਇਦਾਂ ਕਰਦੇ ਇੱਕ ਵਾਰੀ ਨਿਊ ਰਾਈਡ ਵਿੰਡੋ ਕਹਿੰਦੇ ਅੱਜ ਪਵਾ ਦੇਣੇ 24 ਨਹੀਂ ਪਾਉਣੇਗੇ ਸਨੋਵਰ ਕਿੰਨੇ ਪਵਾਈਏ ਉਹ ਵਾਲੇ ਅਸੀਂ ਡਿਸਾਈਡ ਨਹੀਂ ਕੀਤਾ ਮੈਂ ਕੀਤਾ ਹੋਇਆ ਕਿ 20 ਜਾਂ 22 ਚੋਂ ਕੋਈ ਯਾਰ ਨੂੰ ਰੱਖਾਂਗੇ 20 ਸਹੀ ਆ ਯਾਰ 20 ਜਾਂ 22 ਚੋਂ ਗੱਡੀ ਚੱਲਣੀ ਬਾਲੀ ਆਪਣੀ ਹਨਾ ਉੱਥੇ ਜਾ ਕੇ ਡਿਸਾਈਡ ਕਰਾਂਗੇ ਜਿਹੜੇ ਸੋਹਣੇ ਲੱਗਣਗੇ ਜੱਜਣਗੇ ਤੇ ਚਲਾਵਾ ਆਪਣਾ ਤੈਨੂੰ ਪਤਾ ਹੀ ਆ ਸੁਖਨੇ ਬਾਬੇ ਕਰਦੇ ਡੇਲੀ ਆਉਣ ਜਾਣ ਨਹੀਂ ਸਹੀ ਆ ਜੈਨ ਨੂੰ ਆਪਾਂ ਜੀ ਆਪਾਂ ਆੜਾ ਚੌੜ ਕਰ ਨਹੀਂ ਜਾਰਾਂਗੇ ਹਨਾ ਫੁਗਰੀਆਂ ਮਰ ਜਾਣੇ 24 ਪੜੋ 22 ਪੜੋ ਆਪਾਂ ਵਰੀ ਜੈਨ ਨੂੰ ਰੱਖਾਂਗਾ ਮਾ ਸਿੰਪਲ ਜੇ ਜਿੰਨੇ ਮੈਂ ਸਨੂਵਰ ਤੇ ਗੱਗੂ ਚੱਲੇ ਆ ਜਲੰਧਰ ਮੇਰੇ ਵੀਰੋ ਜਲੰਧਰ ਸ਼ਹਿਰ ਪਹੁੰਚ ਚੁੱਕੇ ਆ ਹੁਣ ਸਨੋਵਰ ਅਸ਼ੂ ਕਿਹੜੀਆਂ ਸੀਟਾਂ ਲਵਾਈਆਂ ਤਾਂ ਬੰਦਾ ਫਿਰ ਥੱਲੇ ਬੈਠੇ ਭਰਾਵਾ ਉਹ ਡਾਊਨ ਟੂ ਅਰਥ ਆਹੀ ਡਾਊਨ ਟੂ ਅਰਥ ਆਹੀ ਐਂ ਐਂ ਪਈਦਾ ਵਾ ਇਹਨੂੰ ਰਹਿਣਾ ਸਹਿਣਾ ਨਹੀਂ ਆਉਂਦਾ ਵਾਜੀ ਵਾ ਕਹਿੰਦੇ ਲਓ ਵੀ ਮੇਰੇ ਵੀਰੋ ਇੱਥੇ ਪਹੁੰਚ ਚੁੱਕੇ ਜਿੱਥੇ ਗੱਡੀ ਦੇ ਪੈਣੇ ਲਾਈ ਵੀ ਲਓ ਸੋਹਣੇ ਸੋਹਣੇ ਪਾ ਦੇਣੇ ਆਪਾਂ ਅੱਜ ਓ ਆ ਭਾਈ ਸਤਿ ਸ੍ਰੀ ਅਕਾਲ ਜੀ ਹੋਰ ਵੀਰੇ ਕੀ ਹਾਲ ਚਾਲ ਆ ਵੀਰੇ ਹੁਣ ਟਾਇਰ ਪਵਾ ਕੇ ਦੇਣੇ ਹੋਰ ਵੀਰੇ ਕੀ ਹਾਲ ਚਾਲ बंपर भी लाना पैना आपां टायर डन हो गया टायर वीरे होनी कहिंदे आपां पौणे नेक्सन कंपनी दे वीरे दस दो क्यों पौणे आ सारिआं नूं नेक्सन तां पौण लगे असीं कोरियन ब्रांड है चाइनीज नहीं पौण लगे सदाबहार चारे ब्रांड न्यू ट्राई करांगे जेडे सोहने लगे आपने ਹਾਂ ਇਹ ਵੀ ਗੱਲ ਠੀਕ ਆ ਭਰਾ ਦੀ ਕਿਉਂਕਿ ਆਪਾਂ ਦਿੱਲੀ ਤੇ ਆਉਣਾ ਜਾਣਾ ਹੁੰਦਾ ਤੇ ਸਾਨੂੰ ਚਾਹੀਦਾ ਕਿ ਗੱਡੀ ਕੰਫਰਟੇਬਲ ਹੋਵੇ ਮੇਰਾ ਸੈਕਿੰਡ ਨੰਬਰ ਗਿਆ ਵਾ ਬਾਕੀ ਟੋਇਆ ਟੋਇਆ ਚ ਵੀ ਬਾਕੀ ਆਪਸ਼ਨਾਂ ਬਹੁਤ ਆ ਵੀਰੋ ਨਾਲ ਕੋਲੇ ਕੁਆਲਿਟੀ ਵੀ ਬਹੁਤ ਪਈ ਆ ਤੇ ਕੁਆਂਟੀਟੀ ਵੀ ਬਹੁਤ ਪਈ ਆ ਐ ਵੀ ਮਿੱਤਰੋ ਆ ਲਾਈਵ ਵੀ ਹੁਣ ਕੱਢੇ ਇਹ 24 ਇੰਚ ਦੇ ਦੈਨ ਨੂੰ ਲੂਗੇ ਆ ਆਪਾਂ ਇਹ ਸਿਲੈਕਟ ਕਰ ਲਏ ਆ ਜੋ ਸੋ ਫਾਈਨਲੀ ਸਿਲੈਕਟ ਕਰ ਲਏ ਆ ਵਾਲੇ ਸਕਾਰਪੀਓ ਨੂੰ ਇਹ ਪਵਾ ਦਿੰਨੇ ਅਸੀਂ 22 ਇੰਚ ਪਵਾ ਦਿੰਨੇ ਆ ਸਿਰਾ ਕਰਾ ਲਾ 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 ਸਨੋਵਰ ਨੇ ਵੀ ਇਹ ਸਿਲੈਕਟ ਕਰ ਲਏ ਗੱਗੂ ਤੂੰ ਕਿਹੜੇ ਕੀਤੇ ਹੀ ਮੇਰਾ ਤਾਂ ਤੇਲ ਮੇਰੇ ਆ ਦੋਵੇਂ ਆ ਹਰਮਨ ਜਿਹੜੇ ਅੱਗੇ ਪਿੱਛੇ ਬੈਠੇ ਬਾਕੀ ਜਿੰਨਾ ਗੁੜ ਪਾਉ ਮਿੱਠਾ ਹੀ ਆ ਪਰ ਅਸਲ 'ਚ ਗੱਡੀ ਜਿਹੜੀ ਸਹੀ ਸਸਪੈਂਸ਼ਨ ਤੇ ਚੱਲਦੀ 20 ਦੇ ਚੱਲਦੀ ਤੈਨੂੰ ਪਤਾ ਉਹ ਆਪਾਂ ਹਲੇ ਲਾਉਣੇ ਸਾਖ ਤਾ ਤੇ ਆਪਾਂ 22 ਇੰਚ ਹੈਗੀ ਆਪਣੀ 24 ਇੰਚ ਮੇਰੇ ਵੀਰੋ 24 ਇੰਚ ਆ ਚੁੱਕੇ ਆ ਲਓ ਜੀ ਆ ਕਰ ਲਿਆ ਆਪਾਂ ਸਿਲੈਕਟ ਇਹਦੇ ਮੂੰਹ ਤੇ ਪਾਉਣਾ 24 ਇੰਚ ਮੇਰੇ ਵੀਰੋ ਮੇਰੇ ਆਪਣੇ ਕਰੇ ਰੇੜੀ ਖੜੀ ਰੇੜੀ ਨੂੰ ਪਾਉਣੇ ਆਪਾਂ ਹਲੇ ਥੱਲੇ ਰੱਖੋ ਬੰਟਾਂ ਵਾਲੀ ਰੇੜੀ ਬੰਟਾਂ ਵਾਲੀ ਰੇੜੀ ਉਹ ਲੋਮ ਵਾਲੇ ਝੋਟਾ ਨਹੀਂ ਅੱਗੇ ਲਾਉਣਾ ਇਹਨੂੰ ਲਾਉਣਾ ਪੈਣਾ 2000 ਬੰਦਿਆਂ ਨੂੰ जलंधर शहर ते नंबर नोट कर लियो 90414 आ दो भरा होने मिलणगे ते कहिंदे गड्डी नूं टिप टॉप बना के भेजणगे सनोवर मैं कहिंदा दस दिए पहला गग्गू ने गड्डी लई ਉਦੋਂ ਵੇਖ ਤੋਂ ਹੀ ਲਾਈਵ ਵੀਲ ਪਾਏ ਸਨੋਵਰ ਨੇ ਥਾਰ ਲਈ ਉਹਦੇ ਵੇਖ ਤੋਂ ਹੀ ਲਾਈਵ ਵੀਲ ਪਾਏ 24 ਇੰਚ ਵਾਏ ਦੱਸ ਮੈਂ ਤੇ ਆਹ ਤਾਂ ਫਿਰ ਹੁਣ ਆਪਣੀ ਤੇ ਦੋਨੋਂ ਸਵੈਫਟ ਨੂੰ ਵੀ ਟਾਇਰ ਪਵਾ ਕੇ ਗਏ ਸਾਡੀ ਰੇਂਜ ਆਪਾਂ ਸਕਾਰਪੀਓ ਹਰਮਨ ਲਾਲਾ ਲਾਲਾ ਇੱਥੇ ਕਰਾਉਣੀ ਆ ਬਸ ਇੱਥੇ ਲਾਓ ਵੀ ਮਿੱਤਰੋ ਸਨੋਵਰਾ ਸਾਰੇ ਵੀਰ ਭਰਾ ਵੇਟ ਕਰੀ ਜਾਂਦੇ ਕਿ ਕਿਹੜੇ ਪਵਾਏ ਦਿਖਾ ਦਈਏ ਫਿਰ ਫਾਈਨਲੀ ਵਿਖਾ ਦੇਣੇ ਤੁਹਾਨੂੰ ਦਿਖਾ ਦਈਏ ਲਾਲਾ ਲਾਲਾ ਕਰਾ ਦਈਏ ਆਪਾਂ ਵੈਰੀ ਡਿਲੀਸ਼ੀਅਸ ਨਾਈਸ ਨਾਈਸ ਟੂ ਮੀਟ ਯੂ ਥੈਂਕ ਯੂ ਲਾਓ ਜੀ ਇਹ ਦਿਖਾ ਦਈਏ ਫਿਰ ਗੁੱਡ ਨਾਈਟ ਆ ਜਾਓ ਫਿਰ ਲਾਓ ਵੀ ਮਿੱਤਰੋ ਪਵਾ ਦੇ ਜੇ ਆ ਜਿਹੜੇ ਜਿਹੜੇ ਲਾਲਾ ਲਾਲਾ ਕਰਾ ਦਈਏ ਵੈਰੀ ਡਿਲੀਸ਼ੀਅਸ
ਨਾਈਸ ਨਾਈਟ ਟੂ ਮੀਟ ਹੀ ਹੋ ਗਿਆ ਬਾਕੀ ਕਮੈਂਟ ਕਰਕੇ ਦੱਸ ਦਿਓ ਕਿ ਕਿੱਦਾਂ ਦੇ ਲੱਗ ਰਹੇ ਆ ਪਹਿਲੀ ਵਾਰੀ ਟਾਈਮ ਨਾਲ ਵਿਹਲੇ ਹੋਏ ਆ ਹਾਂ ਉਦਣ ਆਪਾਂ ਨਾ ਇੰਸਟਾ ਤੇ ਸਟੋਰੀ ਪਾਈ ਸਭ ਤੋਂ ਜ਼ਿਆਦਾ ਰਿਵਿਊ ਇਹਦੇ ਆਏ ਕਿ ਵੀਰੇ ਆ ਜਿਹੜੇ ਪਾਓ ਤੇ ਵੀ ਪਾਈ ਸੀ ਤੂੰ ਸਨੈਪਚੈਟ ਇੰਸਟਾਗ੍ਰਾਮ ਤੋਂ ਪਾਈ 10 ਜਣੇ ਵਿੰਦੇ ਆ 9 ਜਣੇ ਕਿਹਾ ਸਰਾ ਇੱਕ ਜਣਾ ਮੈਂ ਆ ਬਾਕੀ ਲੱਗ ਵੀ ਜੈਨੂਇਨ ਜੇ ਰਹੇ ਆਪਾਂ ਗੱਡੀ 20 ਇੰਚ ਪਵਾਏ ਆਪਾਂ ਕਿਉਂਕਿ 20 ਇੰਚ ਪਾਉਣ ਦਾ ਕਾਰਨ ਪਰਫਾਰਮੈਂਸ ਬਹੁਤ ਵਧੀਆ ਰਹਿੰਦੀ ਗੱਡੀ ਤਾਂ ਕਰਕੇ ਆਪਾਂ ਮਿੱਤਰੋ 20 ਇੰਚ ਪਵਾ ਦਈਏ ਕੱਗੂ ਕੀ ਪੈਣ ਲੱਗੀ ਹੁਣ ਕੱਲੀ ਬਿਲਿੰਗ ਹੋਣ ਲੱਗੀ ਆ ਨਾਈਸ ਟੂ ਮੀਟ ਹੋਣਾ ਹੁਣ ਵੈਰੀ ਡਿਲੀਸ਼ੀਅਸ ਤੰਦਲੀ ਪੈਣੀ ਹੁਣ ਸਪਾਈਸੀ ਹੋ ਜਾਣਾ ਕੰਮ ਹੈ ਉਸ ਤੋਂ ਬਾਅਦ ਲਾਈਵ ਵੀ ਪਾਉਣ ਨੂੰ ਦਿਲ ਨਹੀਂ ਕਰਨਾ ਘੰਟਾ ਕਦੋਂ ਜੂ ਕਦੋਂ ਐਵੇਂ ਪਵਾ ਦੇ ਬੰਦਾ ਐਵੇਂ ਇੰਨੇ ਪੈਸੇ ਲਾ ਦੇ ਓਕੇ ਠੀਕ ਆ ਵੀਰ ਜੀ ਓਕੇ ਵੀਰੇ ਸਾਰਿਆਂ ਨੂੰ ਡਿਲੀਸ਼ੀਅਸ ਓਕੇ ਜੀ ਵੈਰੀ ਡਿਲੀਸ਼ੀਅਸ ਹੋ ਗਿਆ ਕੰਮ ਵੈਰੀ ਡਿਲੀਸ਼ੀਅਸ ਖੁਸ਼ ਕਰਕੇ ਤੋਰਿਆ ਵੀਰੇ ਉਹਨਾਂ ਨੇ ਤੁਸੀਂ ਵੀ ਆਓ ਤੇ ਖੁਸ਼ ਕਰਕੇ ਤੋਰਨਗੇ ਆਹ ਨੰਬਰ ਨੋਟ ਕਰ ਲਿਆ ਜੀ ਡਿਲੀਸ਼ੀਅਸ ਹੋ ਗਿਆ ਕੰਮ ਲਵ ਵੀ ਕਹਿੰਦੇ ਨੌਜਵਾਨ ਚੋਪਰ ਗੱਭਰੂ ਮੌਸ਼ਪਟ ਗੱਭਰੂ ਲਾਈਵ ਵੀ ਪਵਾ ਕੇ ਚੱਲੇ ਘਰਾਂ ਨੂੰ ਵਾਪਸੀ ਆ ਤੇ ਘਰਦਿਆਂ ਦੇ ਰਿਐਕਸ਼ਨ ਵੇਖਣੇ ਸਨੋਵਰਾ ਲਾਂ ਤੇ ਬਣੀ ਇਹ ਤੇ ਪਤਾ ਹੀ ਆ ਹਾਰ ਤੇ ਪੈਣ ਨਹੀਂ ਲੱਗੇ ਜਦੋਂ ਮਰਜੀ ਪਵਾ ਲਿਓ ਲਾਹ ਤਾਂ ਹੀ ਪੈੜ ਗਿਆ ਵੀਰੇ ਜਦੋਂ ਮਰਜੀ ਸਨੋਵਰ ਦਾ ਤਾਂ ਵੈਸੇ ਉਹਨੇ ਮੇਕਅਪ ਸਨੋਵਰ ਨੇ ਮੋਣ ਵਰਤ ਰੱਖਿਆ ਹੋਇਆ ਪੈਸਾ ਜ਼ਿਆਦਾ ਲੱਗ ਗਿਆ ਪੈਸਾ ਲੱਗ ਗਿਆ ਵਿਚਾਰੇ ਦਾ ਪੈਰ ਪਾਏ ਉਹਨੇ ਤੇ ਕੱਪੜੇ ਵਿਆਹ ਆ ਰਿਹਾ ਨਾ ਸਨੋਵਰ ਘਰੇ ਫਿਰ ਸ਼ਾਪਿੰਗਾਂ ਚੱਲ ਰਹੀਆਂ ਕਹਿੰਦੇ ਲੋ ਵੀ ਕਹਿੰਦੇ ਬਜਟ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਧਰ ਪਾਰਟੀ ਬਰਗਰ ਦੇ ਨਾਲ ਆ ਬਸ ਠੀਕ ਆ ਨਾ ਹੋਰ ਨਹੀਂ ਕੋਈ ਕਹਿਣਾ ਰੋਜ਼ਾ ਫੜਾਈ ਘੰਟੇ ਚ ਨਹੀਂ ਲਾਈ ਬਿਲ ਪਵਾਉਂਦੇ ਪਤਾ ਕਿੰਨਾ ਟਾਈਮ ਲੱਗ ਜਾਂਦਾ ਆ ਨਹੀਂ ਉਦੋਂ ਕਿਉਂ ਕਹਿ ਕੇ ਗਏ ਸੀ ਵੀ ਅਸੀਂ ਘੰਟੇ ਬਾਅਦ ਮੋੜ ਆਉਣਾ ਸਾਨੂੰ ਤਾਂ ਪਤਾ ਹੀ ਸੀ 5-6 ਵਜੇ ਤੋਂ ਪਹਿਲਾਂ ਆਉਣਾ ਹੀ ਨਹੀਂ ਨਿਊ ਸ਼ੂ ਪਵਾਤੇ ਮਾਤਾ ਜੀ ਉਹ ਵਧਾਈਆਂ ਦੇਈਦੀ ਹੁੰਦੀਆਂ ਤੈਨੂੰ ਨਾ ਜਾਣ ਨਹੀਂ ਦਿੱਤਾ ਦਾ ਮੈਂ ਨਾਲ ਚੱਲੂੰਗਾ ਚੱਲੂੰਗਾ ਤੂੰ ਨਾਲ ਦੇਖ ਲਾਂਗੇ ਤੇਰੇ ਲਾਰੇ ਹੀ ਹੁੰਦੇ ਆ ਤੈਨੂੰ ਪਤਾ ਉਹ ਨਿਊ ਸ਼ੂ ਪਵਾ ਦੇ ਗੱਡੀ ਨੂੰ ਆਪਾਂ ਪਵਾਉਣੇ ਹੀ ਪੈਣੇ ਸੀ ਐਡੀ ਮਹਿੰਗੀ ਗੱਡੀ ਆ ਤੇ ਪਵਾਉਣੇ ਤਾਂ ਪੈਣੇ ਸੀ ਨਹੀਂ ਟਲਿਆ ਨਾ 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 ਦੱਸੋ ਹਾਊਸ ਲੁਕਿੰਗ ਠੀਕ ਕੀਤਾ ਤੂੰ ਟਾਇਰ ਠੀਕ ਪਵਾਏ ਆ ਟਾਇਰ ਮੈਂ 20 ਇੰਚ ਪਵਾਏ ਮਾਤਾ ਜੀ ਠੀਕ ਪਵਾਏ ਬੜੀਆ ਪਵਾਏ ਕੋਈ ਦਾ ਹੁੰਦਾ ਵਧੀਆ ਪਵਾਏ ਆ ਸੋਹਣੇ ਉਹ ਕੀ ਹੋਇਆ ਵੈਰੀ ਡਿਲੀਸ਼ੀਅਸ ਘੜੀ ਜਾ ਕੇ ਤੇ ਬਦਲ ਨਹੀਂ ਜਾਓ ਹਾਂ ਤੈਨੂੰ ਕਹਿੰਦਾ ਭਾਈ ਮਾਤਾ ਜੀ ਡਿਲੀਸ਼ੀਅਸ ਦੀ ਸਪੈਲਿੰਗ ਦੱਸ ਨਾਈਸ ਐਨ ਨਾਈਸ ਈ ਨਾਈਸ ਨਹੀਂ ਨਾਈਸ ਕੀ ਡਿਲੀਸ਼ੀਅਸ ਲੈਣ ਕਿਧਰ ਗਈ ਤੇ ਨਾਈਸ ਕਿਧਰ ਗਈ ਵੈਰੀ ਨਾਈਸ ਹਾਂ 6000 ਵਾਲਾ ਚੱਕਾ ਚੱਲੀਏ ਚਲੋ ਚਲੋ ਅਰੇ ਬੈਠ ਜਾ ਮਿੰਟ ਬ੍ਰੇਕ ਉਹ ਨਹੀਂ ਨਹੀਂ ਉਹ ਨਹੀਂ ਨਹੀਂ ਉਹ ਨਹੀਂ ਕੋਈ ਸਕਨ ਨਹੀਂ ਚੱਲ ਫਿਰ ਤੋੜ ਲੈ ਮੈਂ ਹੈਗਾ ਇੱਥੇ ਹੀ ਕੋਈ ਨਾ ਤੁਹਾਡੇ ਮੰਡੇ ਦਾ ਮੇਰੇ ਨਾਲ ਚੰਗਾ ਤੇ ਮੈਂ ਲੈ ਕੇ ਜਾ ਰਹਿਣ ਦੋ ਉਹ ਪੈਣੇ ਰਹਿਣ ਦੋ ਨਹੀਂ 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 ਮੈਂ ਨਹੀਂ ਮੈਂ ਮੰਮੀ ਕਹਿੰਦੇ ਉਹਨਾਂ ਨੇ ਸੇਵਾ ਹੀ ਬੜੀ ਕੀਤੀ ਸੱਚੀ ਨਾ ਗੱਗੂ ਕੀ ਫੈਮਿਲੀ ਨੂੰ ਬੜਾ ਚਾਅ ਚੜਦੇ ਜਦੋਂ ਅਸੀਂ ਜਾਈਦਾ ਜਦੋਂ ਆਉਂਦੇ ਉਦੋਂ ਮੰਮੀ ਨੂੰ ਬੜਾ ਚਾਅ ਚੜਦਾ ਕਿ ਉਹ ਆਏ ਆ ਜਦੋਂ ਅਸੀਂ ਜਾਈਦਾ ਉਹਨਾਂ ਨੂੰ ਬੜਾ ਚਾਅ ਚੜਦਾ ਅੱਜ ਸਾਰਾ ਦਿਨ ਮੈਂ ਰਹੀ ਪਤਾ ਹੀ ਨਹੀਂ ਲੱਗਾ ਟਾਈਮ ਕਦੋਂ ਲੰਘ ਗਿਆ ਤੇ ਹੁਣ ਚੱਲਦੇ ਮਿੱਤਰੋ ਘਰੇ ਘਰੇ ਬੇਬੇ ਦੇ ਰਿਐਕਸ਼ਨ ਵੇਖਦੇ ਆ ਕੀ ਕਹਿੰਦੇ ਬੇਬੇ ਬੇਬੇ ਕੀ ਕਹਿੰਦੇ ਸੋਹਣੇ ਆ ਕਿ ਕਿਵੇਂ ਆ ਉਹ ਘਰੇ ਜਾ ਕੇ ਹੋ ਠੀਕ ਠਾਕ ਹੋ ਹਾਂ ਵਧੀਆ ਭਾਈ ਠੀਕ ਵੀਰਾ ਸਪੈਸ਼ਲ ਵਧਾਈਆਂ ਦੇਣ ਆਇਆ ਗੱਡੀ ਦੀਆਂ ਬਹੁਤ ਬਹੁਤ ਵਧਾਈਆਂ ਥੈਂਕ ਯੂ ਵੀਰੇ ਥੈਂਕ ਯੂ ਲਵ ਵੀ ਪਹੁੰਚ ਗਏ ਮਿੱਤਰੋ ਘਰੇ ਡੈਡੀ ਦਾ ਹਲੇ ਫੋਨ ਆਇਆ ਸੀ ਮੰਮੀ ਨੂੰ ਪਹੁੰਚ ਗਏ ਫਿਰ ਬੇਬੇ ਲੱਗਦਾ ਅੰਦਰ ਆ ਬੇਬੇ ਨੂੰ ਸਵੇਰ ਹੀ ਦਿਖਾਵਾਂਗੇ ਗੱਡੀ ਬੇਬੇ ਮੈਨੂੰ ਲੱਗਦਾ ਆਪਦੇ ਰੂਮ ਚ ਰੈਸਟ ਕਰ ਰਹੀ ਹੈ ਲਓ ਵੀ ਆਉਂਦੇ ਸਾਰੀ ਮੰਮੀ ਆਪਦੇ ਕੰਮ ਧੰਦੇ ਮੱਝਾਂ ਵਿਚਾਰੀਆਂ ਡੀਕ ਰਹੀਆਂ ਕਿ ਕਹਿੰਦੇ ਸਾਡੀਆਂ ਆ ਕੇ ਤਾਰਾਂ ਕੱਢੋ ਆ ਵੀ ਡੋਗਰ ਸਿਆਂ ਡੋਗਰ ਵਾਸਤੇ ਕੀ ਹਾਲ ਜਾਲੀ ਸਤਿ ਸ੍ਰੀ ਅਕਾਲ ਜੀ ਕੋਈ ਸਤਿ ਸ੍ਰੀ ਅਕਾਲ ਨਹੀਂ ਕਿ ਮੈਂ ਆਖਾਂ ਵੀ ਤਾਰਾਂ ਨੂੰ ਕਬੇੜਾ ਹੋ ਜਾਣਾ ਹੋ ਸਵੇਰ ਦਾ ਉੱਤੇ ਪਤੂਆਂ ਜੇ ਦੁੱਧਿਆ ਫਿਰਦਾ ਤੁਸੀਂ ਅੱਧੀ ਰਾਤ ਕਰਕੇ ਆ ਗਏ ਮੈਨੂੰ ਅੱਗੇ ਬੇਬੇ ਵਧਾਈਆਂ ਹੋ ਗਈਆਂ ਲਾਈਵ ਵੀ ਪਵਾ ਦੇ ਗੱਡੀ ਮੈਂ ਤੈਨੂੰ ਵਧਾਈਆਂ ਦੇ ਦਾਂ ਦਿੱਤੇ ਕਿ ਤੂੰ ਮੰਨੀਆਂ ਨਹੀਂ ਗਈਆਂ ਤੁਹਾਨੂੰ ਵੀ ਬਹੁਤ ਬਹੁਤ ਬੇਬੇ ਤੁਹਾਨੂੰ ਸ਼ੁਭਾ ਦਿਖਾਵਾਂ ਕਿੱਦਾਂ ਦੇ ਲਾਈਵ ਹੁਣ ਮੈਂ ਚੱਲੀ ਸੀ ਹੁਣ ਨੇਰਾ ਹੋਇਆ ਉਹ ਨਹੀਂ ਮੈਂ ਕਿਹਾ ਮੈਂ ਜਾਣਾ ਸੁਬਾ ਮਾਰਨਿੰਗ ਟਾਈਮ ਵੇਖਾਂਗੇ ਤੇ ਦੂਜੇ ਹੈ ਦੂਜੇ ਮੋੜਿਆਂ ਦੇ ਉਹਨਾਂ ਦੇ ਤਾਂ ਹਾਂ ਮੁੱਲ ਦੇ ਦੇਣੇ ਸੀ ਹਾਂ ਬੇਬੇ ਦੇ ਤੇ ਮੁੱਲ ਦੇ ਦੇ ਹਾਂ ਮੁੱਲ ਦੇ ਦੇਣੇ ਸੀ 1.5 ਲੱਖ ਰੁਪਿਆ ਲਾ ਜਾਂ ਤਾਂ ਲਾਈਵ ਵੀਲਾਂ ਤੇ ਲਾ ਵੀ ਕਹਿੰਦੇ ਵੀ ਮੇਰੇ ਵੀਰੋ ਟਾਇਰ ਪਾ ਕੇ ਲਿਆਂਦੇ ਆ ਰਾਤੀ ਬੇਬੇ ਨੇ ਲਾਈਵ ਵੀਲ ਵੇਖੇ ਨਹੀਂ ਸੀ ਤੇ ਰਾਤੀ ਲੇਟ ਹੋ ਗਏ ਸੀ ਤੇ ਬੇਬੇ ਆ ਲੈਂਦੇ ਹਲੇ ਨਾ ਦੇਖ ਗੱਡੀ ਆ ਲੈਣ ਦੂਰੇ ਨੂੰ ਫਿਰ ਵੇਖੋ ਤੁਸੀਂ ਇਹ ਤਾਂ ਵੇਖਣਾ ਹੀ ਆ ਫਿਰ ਪਿਛਲੇ ਨਹੀਂ ਦਿਸਣੇ ਐਦਾਂ ਨਹੀਂ ਦਿਸਣਗੇ ਦਿਸਦੇ ਆ ਉਹ ਜਿਹੇ ਜਾਂਦੇ ਆ ਵੇਖਦੇ ਆ ਵੀ ਬੇਬੇ ਨੂੰ ਟਾਇਰ ਕਿਵੇਂ ਦੇ ਲੱਗਦੇ ਆ ਐ ਸੋਹਣੇ ਵਿਜਲਾ ਜਿੰਦ ਜੈਨ ਇਹ ਬੜਾ ਸੋਹਣਾ ਡਾਲਰ ਸਾਈਡ ਤੇ ਹੋ ਇਹ ਨਹੀਂ ਡਰਦਾ ਇਹਦੇ ਮੱਕੋ ਉੱਤਰਿਆ ਆ ਡਿਜ਼ਾਈਨ ਬੜਾ ਸੋਹਣਾ ਆ ਵਿਆਹ ਜਿਹੜਾ ਰੱਖਿਆ ਕੋਲੇ ਦੂਜੇ ਸੀ ਜਿੰਨਾ ਦਾ
ਲਾਓ ਵੀ ਦੱਸਿਓ ਮੇਰੇ ਵੀਰੋ ਸਾਰਿਆਂ ਨੇ ਕਮੈਂਟ ਕਰਕੇ ਦੱਸਿਓ ਲਾਈਵ ਵੀਲ ਕਿੱਦਾਂ ਲੱਗੇ 20 ਇੰਚ ਆ ਮੈਨੂੰ ਤਾਂ ਐ ਬੇਬੇ ਤੋਂ ਗਾਲਾਂ ਪੈਣਗੀਆਂ ਪਰ ਵਧੀਆ ਰਿਹਾ ਮਾਹੌਲ ਬੇਬੇ ਨੂੰ ਪਸੰਦ ਆ ਗਿਆ ਲਾਈਵ ਵੀਲ ਡੈਡੀ ਤੁਹਾਨੂੰ ਕਿੱਦਾਂ ਲੱਗੇ ਸੀ ਲਾਈਵ ਵੀਲ ਬਹੁਤ ਵਧੀਆ ਲੱਗੇ ਬੇਟੇ ਘੈਂਟ ਆ ਬਹੁਤ ਘੈਂਟ ਆ ਬੇਬੇ ਕੌਣ ਡੋਲਰ ਆਵੇ ਫਿਰਦਾ ਬਾਪੂ ਜੀ ਆਇਓ ਘਰ ਵਾਲੀ ਲਾਈਵ ਵੀਲ ਦੱਸੋ ਕਿੱਦਾਂ ਲੱਗੇ ਬਾਪੂ ਜੀ ਸਾਡੇ ਲੇਟ ਹੋਏ ਫਿਰਦੇ ਬੇਬੇ ਬਾਪੂ ਦੱਸੋ ਕਿੱਦਾਂ ਲੱਗੇ ਮੰਮੀ ਡੈਡੀ ਵੇਖੋ ਲੱਡੂਆਂ ਦੀ ਨੇਰੀ ਲਿਆਈ ਜਾਂਦੇ ਮੰਮੀ ਡੈਡੀ ਖਾਣ ਪਿੱਛੇ ਲੜਦੇ ਰਹਿੰਦੇ ਡੈਡੀ ਖਾਂਦੇ ਬਹੁਤ ਮੰਮੀ ਵਿਚਾਰੇ ਮੇਰੇ ਲਈ ਲਕੋਲ ਕੋ ਕੇ ਡੱਬੇ ਰੱਖਦੇ ਰਹਿੰਦੇ ਆ ਬਾਹਰੋਂ ਬੂਰੋ ਨੀ ਮੈਂ ਘਰੋਂ ਖਾਣੀਆਂ ਹੁੰਦੀਆਂ ਚਾਹ ਨਾਲ ਡੈਡੀ ਜੀ ਖਾ ਜਾਂਦੇ ਮੰਮਾ ਡੈਡੀ ਤੇਰੇ ਕੱਲੇ ਚਾਹ ਨਾਲ ਥੋੜੀ ਖਾਂਦੇ ਹੁਣ ਖਾਦੇ ਰੋਟੀ ਖਾਦੀ ਫੇਰ ਮਿੱਠਾ ਬੇਬੇ ਚੜਾ ਦੇ ਫਿਰ ਲਾਈਵ ਵੀਲ ਸੋਹਣੇ ਲੱਗੇ ਨਾ ਤੂੰ ਦਾ ਪੁੱਤ ਕਿਦਾਂ ਦਾ ਫਿਰਦਾ ਲੈਵਲ ਜਿੱਦਣ ਦੀ ਗੱਡੀ ਲਿਆਂਦੀ ਦੋ ਹਫ਼ਤੇ ਲੈਵਲ ਪਾਉਣੀ ਲੈਵਲ ਪਾਉਣੀ ਲੈਵਲ ਨਹੀਂ ਪਾਉਣੀ ਪਵਾ ਕੇ ਹੀ ਛੱਡੇ ਖੈੜਾ ਵਾਹ ਫਿਰ ਬੇਬੇ ਪਵਾਲੇ ਲੈ ਮਿੱਤਰੋ ਲਾਈਵ ਵੀਲ ਤਾਂ ਪਵਾਲੇ ਹੁਣ ਆਪਣਾ ਰਹਿ ਗਿਆ ਨੰਬਰ ਨੰਬਰ ਤੇ ਸੀਟ ਕਵਰ ਤੇ ਮੈਟ ਮੂਟ ਸਾਰਾ ਕੁਝ ਰਹਿ ਗਿਆ ਤੇ ਅੰਦਰਲੇ ਸਪੀਕਰ ਵੀ ਆਪਾਂ ਅੱਜ ਕਾਗਜ਼ ਵੀ ਬਣਾਉਣ ਵਾਲੇ ਆ ਚੇਂਜ ਕਰਾਉਣੇ ਸਾਰਾ ਕੁਝ ਜਿਹੜਾ ਨੰਬਰ ਆ ਨਾ ਨੰਬਰ ਆਪਾਂ ਤੁਹਾਨੂੰ ਦੱਸ ਦਈਏ ਆਪਾਂ ਨੰਬਰ ਲੈਣਾ 000 ਵਾਲਾ 001 ਤੇ ਆਪਾਂ ਲੈਣਾ ਨਹੀਂ ਕਿਉਂਕਿ ਉਹ ਬਾਹਲਾ ਜ਼ਿਆਦਾ ਐਕਸਪੈਂਸਿਵ ਹੋ ਜਾਂਦਾ ਆਊਟ ਆਫ ਬਜਟ ਆ ਬਾਕੀ ਕਮੈਂਟ ਕਰਿਓ ਕਿ 000 ਵਾਲਾ ਕਿਹੜਾ ਲਈਏ ਕਿਹੜਾ ਤੁਹਾਡੇ ਪਸੰਦ ਆ ਨੰਬਰ ਲਾਈ ਨਹੀਂ ਨੰਬਰ ਪਲੇਟ ਅਜੇ ਇਹ ਬੇਬੇ ਟੈਂਪਰੇਰੀ ਆ ਅੱਛਾ ਠੀਕ ਆ ਸੋ ਕਮੈਂਟ ਕਰਕੇ ਦੱਸਿਓ ਕਿ 000 ਵਾਲਾ ਕਿਹੜਾ ਲਈਏ 1, 2 ਤੇ 3 ਨੰਬਰ ਤਾਂ ਆਪਾਂ ਲੈਣਾ ਨਹੀਂ ਇਹਨਾਂ ਤੋਂ ਇਲਾਵਾ ਦੱਸਿਓ ਕਿਹੜਾ ਲਈਏ ਸੋ ਹੋਪ ਤੁਹਾਨੂੰ ਸਾਰਿਆਂ ਨੂੰ ਸਾਡੇ ਵਲੌਗ ਜ਼ਰੂਰ ਪਸੰਦ ਆਇਆ ਹੋਊਗਾ ਸਾਰੇ ਕੰਮ ਛੱਡੋ ਗੱਡੀ ਦੱਸੋ ਪਸੰਦ ਆ ਜੇ ਵਲੌਗ ਪਸੰਦ ਆਇਆ ਵੀਡੀਓ ਨੂੰ ਲਾਈਕ ਕਰ ਦਿਓ 8-10 ਕਮੈਂਟ ਕਰ ਦਿਓ ਸੋ ਨਵੇਂ ਨਵੇਂ ਵਲੌਗ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ